ਬਈ ਨਿੱਕੇ ਹੁੰਦੇ ਨੂੰ ਮੈਂ ਛੋਟੇ ਹੁੰਦੇ ਨੂੰ ਸ਼ੌਂਕ ਸੀਗਾ ਅੱਛਾ ਜੀ ਤੇ ਤਕਰੀਬਨ ਤੋਂ ਬੁੜਾ ਕਦੇ ਕੁੱਟ ਢਾ ਦਿੰਦਾ ਸੀਗਾ ਹਾਂ ਤੇ ਆਪਾਂ ਪਾ ਦਿੰਦੇ ਸੀ ਢਾ ਦਿੰਦਾ ਸੀ ਬਸ ਐਂ ਚੱਲੀ ਜਾਂਦਾ ਸੀ ਕੰਮ ਉੱਤਰ ਨਸਲ ਦਾ ਹੋਵੇ ਖਿਡਾਰੀ ਮਾੜਾ ਹੋਵੇ ਕਬੂਤਰ ਜਿੱਤ ਲੂਗਾ ਕਬੂਤਰ ਮਾੜਾ ਖਿਡਾਰੀ ਪੂਰਾ ਅਸਲੀ ਆ ਤੇ ਬਾਜੀ ਹਾਰ ਜੂਗਾ ਜਿਹੜਾ ਮਿਹਨਤ ਕਰਦਾ ਨਾ ਬੰਦਾ ਜਿਹੜਾ ਉਹਦੇ ਵਿੱਚ ਵੜ ਗਿਆ ਉਹ ਆ ਵਿੱਚ ਵੜ ਕੇ ਜਿਹੜਾ ਤੂੰ ਹੁਣ ਆਪਾਂ ਕਿਸੇ ਨੂੰ ਸਿਖਾ ਦੇ ਚੇਲਾ ਹੋਵੇ ਜਾਂ ਕੋਈ ਹੋਵੇ ਸਿਖਾ ਦੇ ਉਹਨੂੰ ਦੱਸ ਦੇ ਜਿੰਨਾ ਚਿਰ ਉਹਦਾ ਦਿਮਾਗ ਨਹੀਂ ਆਪਦਾ ਕੰਮ ਕਰਦਾ ਉਹਨਾਂ ਚਿਰ ਬਈ ਉਹ ਬੰਦਾ ਬਚ ਨਹੀਂ ਜਾਂਦਾ ਆਪਣੇ ਤਾਂ ਬਈ ਲੋਕ ਵਿਚਾਰਾ ਕਰਦੇ ਆ ਜਦੋਂ ਇਹਨਾਂ ਨੇ ਸਾਊਦੀ ਅਰਬ ਦੁਬਈ ਆ ਜਦੋਂ ਉਹਨਾਂ ਨੇ ਕੋਈ ਕੰਮ ਸ਼ੁਰੂ ਕਰਨਾ ਜਾਂ ਫੈਕਟਰੀ ਕਰਨੀ ਆ ਪਹਿਲਾਂ ਖੁੱਡਾ ਕਬੂਤਰਾਂ ਦਾ ਪਾਉਣਾ ਦਾ ਹੁਣ ਅਗਲਾ ਕਹਿੰਦਾ ਵੀ ਅੱਜ ਹੀ ਮੋਟਰਸਾਈਕਲ ਦੋ ਪੈਸੇ ਦੋ ਬੰਦੇ ਨੂੰ ਤੇ ਦੂਜੇ ਦਿਨ ਖੁੱਡੇ ਪਾਏ ਤੇ ਤੀਜੇ ਦਿਨ ਐਂ ਕਹਿੰਦਾ ਵੀ ਚੌਥੇ ਦਿਨ ਮੈਂ ਸਟਾਰ ਬਣ ਗਿਆ ਹੁਣ ਵੀ ਰੈਡੀਮੇਡ ਪਾ ਲਿਆ ਸਾਰਾ ਕੁਝ ਕਈ ਬੰਦੇ ਹੁੰਦੇ ਆ ਜੀ ਸਾਡਾ ਆਖਣ ਕਰ ਗਿਆ ਤੇ ਬਾਜੀ ਤੇ ਜਾ ਕੇ ਉਦੋਂ ਪਹਿਲਾਂ ਬਹਿ ਜਾਂਦੇ ਆ ਉਹੀ ਤਾਂ ਗੱਲ ਆ ਕਬੂਤਰ ਬੜਾ ਉੜਦਾ ਕਰੇ ਉਹਨੇ ਬਹਿਣਾ ਹੀ ਬਹਿਣਾ ਉਹਨੇ ਉਹ ਹੁਣ ਹਰ ਇੱਕ ਬੰਦਾ ਨਹੀਂ ਉਹਨੂੰ ਬਾਜੀ ਕੱਢ ਸਕਦਾ ਗਰੁੱਪ ਕੋਈ ਕੁਝ ਇਕੱਠੇ ਹੋ ਗਏ ਹੁਣ ਵੀ ਗਲਿਆਰ ਨੂੰ ਢਾਉਣਾ ਯਾਰ ਇਹ ਆਉਂਦਾ ਹੀ ਨਹੀਂ ਸੂਤ ਨੂੰ ਇਕੱਠੇ ਤਾਂ ਕਿਹਨੇ ਹੋਣਾ ਵਾ ਤੇ ਉਹ ਇਕੱਠੇ ਕਰ ਕਬੂਤਰਾਂ ਦਾ ਉਹਨਾਂ ਦਾ ਇੱਕ ਨਹੀਂ ਉੱਡਣਾ ਵਾ ਵੀ ਉਹਦਾ ਦਾ 20 ਛੱਡ ਲੈਣ ਤੇ 30 ਛੱਡ ਲੈਣ ਜਿਹੜੇ ਬੰਦੇ ਨੇ ਆਪਾਂ ਹਰਾਉਣੇ ਜੇ ਹੁਣ ਮੈਂ ਕਿਸੇ ਨੂੰ ਕਹਾਂ ਮੈਂ ਇਹਨੂੰ ਹਰਾਉਣਾ ਮੈਂ ਲਿਆ ਕੇ 15 ਕਬੂਤਰ ਛੱਡ ਦਿਆਂ ਤੇ ਉਹ ਮੈਂ ਹਰਾਉਣਾ ਤਾਂ ਉਹਨਾਂ ਨੇ ਇੱਕ ਨਹੀਂ ਹਰਾ ਦੇਣਾ ਮੈਂ ਉਹਨੂੰ ਤੇ ਨਹੀਂ ਹਰਾਉਣਾ ਤਾਂ ਮੈਂ ਭਲਾ 10 ਛੱਡ ਦਿਆਂ ਸਮਾਂ ਜੂਠਾ ਉਹ ਕਿਵੇਂ ਮਾੜਾ ਮੋਟਾ ਤਿਆਰ ਕਰਨ ਵੀ ਹਾਂ ਤਿਆਰ ਤਾਂ ਬਈ ਚਲੋ ਹੁਣ ਤਾਂ ਸਾਰਿਆਂ ਨੂੰ ਜਵਾਕਾਂ ਨੂੰ ਵੀ ਪਤਾ ਇਹ ਗੱਲ ਦਾ ਹਾਂਜੀ ਉਹਨਾਂ ਦਾ ਟਾਰਗੇਟ ਹੋਣਾ ਚਾਹੀਦਾ ਬਾਜੀ ਦਾ ਜਿਹੜੇ ਨਵੇਂ ਜਵਾਕ ਆ ਹਾਂਜੀ ਉਹਨਾਂ ਦਾ ਟਾਰਗੇਟ ਹੋਣਾ ਚਾਹੀਦਾ ਜਿਵੇਂ ਵਧੀਆ ਖਿਡਾਰੀ ਆ ਜੇ ਲਾਲਾ ਤੋਂ ਵਿੱਕੀ ਆ ਟੀ2 ਆ ਹੈਨਾ ਹੋਰ ਬੰਦੇ ਆ ਕਾਰੀ ਆ ਉਹਨਾਂ ਦਾ ਟਾਰਗੇਟ ਹੋਣਾ ਚਾਹੀਦਾ ਵੀ ਅਸੀਂ ਇਹਨਾਂ ਨੂੰ ਹਰਾਉਣਾ